सत श्री अकाल दोस्तों, स्वागत है थोड़ा थोड़े अपने चैनल पीवी रोज सत वाले ते। दोस्तों, जिस तरह किसानी संघर्ष के चलते सरकार वालों जिस तरह नौजवानों ना पंजाब के नौजवानों ने जिस तरह धक्का किया गया तो उन्होंने झूठे पर्चियां दे विच अरेस्ट किया गया। तो अज असी बैठे हाँ इस सिलसिले के चलते जिला नवांशहर के पिंड काजमपुर के इतों का एक नौजवान सगा रणजीत सिंह जिसने RSS के जो गुंडे किसानी टेंटा के उपर हमला कर आए तो उसने सिर्फ उन्होंने विरोध के उन्होंने रोकया सगा क्योंकि उत्थे लंगर के साडिया मावा भैन उत्थे सेवा कर दिया सगिया तो उन्होंने बचा के पक्ष के रणजीत सिंह नौजवान खड़ा होया सगा तो उसनू RSS के गुंडिया वालों धक्के दे नाल उत्थों अरैसट करवाया गया पुलिस के कोलों। तो अज असी काजमपुर के पहुंचे हाँ उन्होंने माता जी के कोल ते गलबात करांगे क्योंकि बहुत ही खुशी की गल आ भी उन्होंने जिहड़ी जमानत अर्जी आ वह मंजूर हो चुकी आ। तो साढ़े नाल बैठे ने उन्होंने माता जी। माता जी सत श्री अकाल जी। सत श्री अकाल। वाहिगुरू जी का खालसा, वाहिगुरू जी की फतेह। तो जिस तरह माता जी चलो महाराज ने कृपा कर दी जिस तरह बहुत खुशी वाला दिन आ। हाँ जी हाँ। तो जदों रणजीत सिंह ਕਦੋਂ ਚ ਇਹਨਾਂ ਨੇ ਅਰੈਸਟ ਕੀਤਾ ਸਗਾ ਜੀ? 21 ਤਰੀਕ ਨੂੰ ਗਿਆ ਸੀਗਾ। ਠੀਕ ਹੈ ਜੀ। ਹਾਂਜੀ, 29 ਤਰੀਕ ਨੂੰ ਇਹ ਕੰਮ ਹੋਇਆ ਸੀਗਾ, ਸਾਨੂੰ 30 ਤਰੀਕ ਨੂੰ ਪਤਾ ਲੱਗਾ ਸੀਗਾ। ਠੀਕ ਹੈ ਜੀ। ਹਾਂਜੀ। ਤੇ ਜਦ ਅਰੈਸਟ ਹੋ ਗਿਆ ਉਸ ਤੋਂ ਬਾਅਦ ਫਿਰ ਤੁਹਾਡੀ ਕੋਈ ਮੁਲਾਕਾਤ ਜਾਂ ਕੁਝ ਉੱਥੇ ਹੋਇਆ ਸੀਗਾ ਤੁਹਾਡੀ ਰਣਜੀਤ ਸਿੰਘ ਨਾਲ? ਹਾਂਜੀ ਜੀ, ਮੁਲਾਕਾਤ ਵੀ ਹੋ ਗਈ ਸੀਗੀ, ਜਾਨੀ 15 ਦਿਨ ਸਾਨੂੰ ਉੱਦਾਂ ਨਹੀਂ ਪੈਣ ਦਿੱਤਾ, ਕਹਿੰਦੇ ਕਰੋਨਾ ਆ। ਠੀਕ ਹੈ। ਤਾਂ ਫਿਰ ਸਾਡੀ ਮੁਲਾਕਾਤ ਵੀ ਹੋ ਗਈ ਸੀਗੀ, ਮੇਰੀ ਵੀ ਹੋ ਗਈ ਸੀ, ਮੇਰੇ ਬੇੜੇ ਵੱਡੇ ਬੇਟੇ ਦੀ ਵੀ ਹੋ ਗਈ ਸੀ। ਹਾਂਜੀ, ਠੀਕ 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 ਠਾਕ ਸੀਗਾ, ਚੜ੍ਹਦੀ ਕਲਾ 'ਚ ਸੀ ਖਾਲਸਾ। ਤਾਂ ਫਿਰ ਅਸੀਂ ਸਾਡੀ ਉੱਦਾਂ ਸਰਸਾ ਜੀ ਨੇ ਬਹੁਤ ਮਦਦ ਕੀਤੀ, ਬਾਕੀ ਸਾਰੇ ਪੰਜਾਬ ਨੇ ਜੋ ਵੀ ਵਿਦੇਸ਼ਾਂ 'ਚ ਬੈਠੇ ਵੀਰਵਾ ਭੈਣਾਂ ਆ ਸਾਰਿਆਂ ਨੇ ਸਾਡੇ ਬਹੁਤ ਬਹੁਤ ਸਾਥ ਦਿੱਤਾ। ਹਾਂਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾ। ਉਹਨਾਂ ਦੇ ਜਿੱਦਾਂ ਕਹਿੰਦੇ ਹੁੰਦੇ ਅਰਦਾਸ ਆ, ਉਹਨੇ ਵੀ ਕੀਤੀਆਂ ਬੱਚੇ ਲਈ, ਤਾਂ ਉਹ ਅੱਜ ਜਮਾਨਤ 'ਤੇ ਆ ਗਿਆ ਆ, ਆ ਜਾਣਾ ਆ, ਜਮਾਨਤ ਹੋ ਗਈ ਉਹਦੀ। ਹਾਂਜੀ ਠੀਕ ਹੈ ਜੀ। ਹੁਣ ਜਮਾਤ ਜਿਸ ਤਰ੍ਹਾਂ ਲੱਗੀ ਆ, ਹਾਂਜੀ ਠੀਕ ਹੈ, ਤੇ ਇਹ ਸਾਰੀ ਕਾਰਗੁਜ਼ਾਰੀ ਮਤਲਬ ਜਥੇਬੰਦੀ ਵੱਲੋਂ ਹੋਈ ਆ ਜਾਂ ਕਿਸ ਵੱਲੋਂ ਹੋਈ ਆ, ਤੁਹਾਨੂੰ ਪਤਾ ਇਸ ਬਾਰੇ? ਹਾਂਜੀ ਜੀ, ਮਨਜਿੰਦਰ ਸਿਰਸੇ ਨੇ ਜੀ ਸਾਰਾ ਕੰਮ ਸਾਡਾ ਕਰਵਾਇਆ ਆ, ਕੀਤਾ ਆ। ਹਾਂਜੀ, ਬਹੁਤ ਬਹੁਤ ਉਹਨਾਂ ਦਾ ਵੀ ਧੰਨਵਾਦ ਕਰਦੇ ਆ। ਹਾਂਜੀ, ਜਿਸ ਤਰ੍ਹਾਂ ਕਹਿੰਦੇ ਵੀ ਸਰਕਾਰਾਂ ਆਪਣੇ ਰੰਗ ਬਹੁਤ ਇਸ ਤਰ੍ਹਾਂ ਦੀਆਂ ਚਾਲਾਂ ਖੇਡਦੀਆਂ ਰਹਿੰਦੀਆਂ ਆ, ਬਾਕੀ ਹੋਰ ਜਿਸ ਤਰ੍ਹਾਂ ਮਾਵਾਂ ਦੇ ਪੁੱਤ ਜੇਲ੍ਹਾਂ ਦੇ ਵਿੱਚ ਆ, ਵੀ ਉਹਨਾਂ ਮਾਵਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਬਸ ਅਸੀਂ ਇੱਦਾਂ ਕਹਿੰਦੇ ਹਾਂ ਵੀ ਸਾਰੇ ਬੱਚੇ ਆਪਣੇ ਆਪਣੇ ਘਰਾਂ ਨੂੰ ਆਉਣ, ਇਹੀ ਸਰਕਾਰ ਨੂੰ ਬੇਨਤੀ ਆ, ਹੱਥ ਜੋੜ ਕੇ ਵੀ ਉਹ ਵੀ ਬੱਚੇ ਮਾਵਾਂ ਦੇ ਘਰ ਨੂੰ ਉੱਪਰ ਦੇ ਕਰ ਦੇਣ, ਇਹੀ ਹੱਥ ਜੋੜ ਕੇ ਬੇਨਤੀ ਆ ਸਾਡੀ। ਹਾਂਜੀ ਠੀਕ ਹੈ ਜੀ। ਵੈਸੇ ਥੋੜ੍ਹੇ ਬੱਚੇ ਰਹਿੰਦੇ ਆ ਹੁਣ ਉੱਥੇ, ਤਾਂ ਬਾਕੀ ਤਾਂ ਸਾਰੇ ਤਕਰੀਬਨ ਆਏ ਗਏ ਆ, ਸਿਰਸੇ ਨੇ ਕਰਾਏ ਦਿੱਤੀਆਂ ਜਮਾਨਤਾਂ ਉਹਨਾਂ ਦੀਆਂ, ਤਾਂ ਹੁਣ ਥੋੜ੍ਹੇ ਰਹਿੰਦੇ ਆ, ਜਿੱਦਾਂ ਉਹਨਾਂ ਨੂੰ ਵੀ ਇਹੀ ਦੇ ਅਸੀਂ ਕਹਿੰਦੇ ਜੋ ਵੀ ਬਾਹਰ ਆ ਜਾਣ। ਅਤੇ ਜਦ ਰਣਜੀਤ ਸਿੰਘ ਨਾਲ ਤੁਸੀਂ ਮੁਲਾਕਾਤ ਕਰਨ ਗਏ ਸੀਗੇ, ਉਸਨੇ ਦੱਸਿਆ ਸੀਗਾ ਵੀ ਹੋਰ ਨਾਲ ਵੀ ਕਿਸਾਨੀ ਸੰਘਰਸ਼ ਦੇ ਨਾਲ ਜਿਸ ਤਰ੍ਹਾਂ ਵੀ ਕੋਈ ਹੋਰ ਵੀ ਉੱਥੇ ਹੈਗਾ ਨਾਲ ਪ੍ਰੋਜੈਕਟ ਦਾ? ਬਹੁਤ ਸੀਗੇ ਜੀ, ਬਹੁਤ ਸੀਗੇ, ਜਿੱਦਾਂ ਰਣਜੀਤ ਦੇ ਨਾਲ ਵੀ ਜਿਹੜੇ ਉਹ ਲੱਭੇ ਆ 12 ਮੁੰਡੇ ਸੀ ਮੋਗੇ ਦੇ। ਠੀਕ ਹੈ ਜੀ। ਹਾਂਜੀ, ਜਿੱਦਾਂ ਉਹ ਪਹਿਲਾਂ ਤਿਹਾੜ ਜੇਲ੍ਹ 'ਚ ਲੈ ਕੇ ਗਏ ਸੀ, ਤਾਂ ਉਸ ਵੇਲੇ ਉਹ ਉੱਥੇ ਕਹਿੰਦੇ ਸੀਗੇ ਵੀ ਇਹ ਬੱਚੇ ਉਹ ਲੱਭਦੇ ਨਾ ਸਹਿਗੇ, ਇਹਦੇ ਕਰਕੇ ਲੱਭੇ ਸੀਗੇ। ਠੀਕ ਹੈ ਜੀ। ਤਾਂ ਕਹਿੰਦੇ ਸੀਗੇ ਵੀ ਰਣਜੀਤ ਨੂੰ ਅਸੀਂ ਇਕੱਲੇ ਨੂੰ ਬਾਹਰ ਭੇਜ, ਉੱਧਰ ਇਕੱਲਾ ਛੱਡਣਾ ਹੈ, ਉਹ ਕਹਿੰਦੇ ਸੀ ਅਸੀਂ ਇਹਨੂੰ ਇਕੱਲੇ ਨੂੰ ਨਹੀਂ, ਇਹਦੇ ਕਰਕੇ ਅਸੀਂ ਲੱਭੇ ਆ। ਠੀਕ ਹੈ। ਤਾਂ ਵੀ ਉਹਨਾਂ ਦੀ ਜਮਾਨਤ ਹੋ ਗਈ ਆ ਸਾਰਿਆਂ ਦੀ। ਠੀਕ ਹੈ ਜੀ। ਹਾਂਜੀ। ਦੇਖੋ ਹਾਲਤ ਤੁਹਾਡੇ ਸਾਹਮਣੇ, ਇਹ ਤਸਵੀਰ ਇਤਨੀ ਇਤਨੀ ਜ਼ਿਆਦਾ ਨਫ਼ਰਤ ਸਿੱਖਾਂ ਦੇ ਲਈ ਇਹਨਾਂ ਦੇ ਦਿਲ ਦੇ ਅੰਦਰ ਹੈ। ਉਹ ਸਿੱਖ ਜਿਹੜੇ ਕੋਰੋਨਾ ਕਾਲ ਦੇ ਵਿੱਚ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੁਨੀਆਂ ਨੂੰ ਲੰਗਰ ਛਕਾਉਂਦੇ ਰਹੇ, ਸੰਸਾਰ ਭਰ ਦੇ ਵਿੱਚ ਜਿਨ੍ਹਾਂ ਦੀ ਜੈ ਜੈਕਾਰ ਹੋਈ।